ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੇਮ ਲਹਿਰੀ, ਤੁਸੀਂ ਦੇਖ ਰਹੇ ਹੋ ਮੁਸਾਫਰ ਦਾ ਟਰੈਵਲਰ ਲਹਿਰੀ, ਅਤੇ ਸਾਡੇ ਸਾਥੀ ਦੇਸ਼ ਰਾਜ ਸਾਗਰ ਅੱਜ ਸ਼ੁਰੂਆਤ ਕਰਨ ਜਾ ਰਹੇ ਹੈ ਪੂਰੇ ਇੰਡੀਆ ਦੀ, ਉਹ ਵੀ ਸਾਈਕਲ ਦੇ ਉੱਤੇ ਬਠਿੰਡਾ ਜ਼ਿਲ੍ਹੇ ਤੋਂ ਪਿੰਡ ਮਾਈਸਰਖਾਨੇ ਤੋਂ। ਅਤੇ ਅਸੀਂ ਇਸ ਵੇਲੇ ਖੜ੍ਹੇ ਹੋਏ ਹਾਂ ਕੋਟ ਸ਼ਮੀਰ ਦੇ ਵਿੱਚ, ਅਤੇ ਦਿਓ ਦੁਆਵਾਂ ਔਰ ਜੁੜੇ ਰਹੋ ਨਾਲ ਮੁਸਾਫਰ ਦਾ ਟਰੈਵਲਰ। ਦੇਸ਼ ਰਾਜ, ਕੀ ਮੈਸੇਜ ਲੈ ਕੇ ਚੱਲੇ ਹੈਗੇ ਤੁਸੀਂ ਪੂਰੇ ਇੰਡੀਆ ਦੇ ਵਿੱਚ? ਮੈਸੇਜ ਇਹ ਹੈ ਜੀ ਵੀ ਜਿਹੜਾ ਸਾਡਾ ਇਨਵਾਇਰਮੈਂਟ ਹੈ, ਜਿਹੜਾ ਸਾਡਾ ਸਭ ਬਿਲਕੁਲ ਦੂਸ਼ਿਤ ਹੋ ਗਿਆ, ਪ੍ਰਦੂਸ਼ਿਤ ਹੋ ਚੁੱਕਿਆ, ਵੀ ਆਪਾਂ ਕਿਉਂ ਨਾ ਰਲ ਮਿਲ ਕੇ ਇੱਕ ਲੀਹ ਪਾਈਏ, ਕੋਸ਼ਿਸ਼ ਕਰੀਏ, ਜਿਹੜਾ ਇਨਵਾਇਰਮੈਂਟ ਹੈ ਜਿਹੜਾ ਸਾਡਾ ਇਹ ਸੁਧਾਰੀਏ ਇਹਨੂੰ। ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਆ ਗਈਆਂ, ਬਿਲਕੁਲ ਧਰਤੀ ਦੇ ਵਿੱਚ ਵੀ ਜ਼ਹਿਰ ਬੀਜੇ ਜਾ ਰਹੇ ਨੇ, ਸਪਰੇਹਾਂ ਕੀਤੀਆਂ ਜਾ ਰਹੀਆਂ ਨੇ, ਫੈਕਟਰੀਆਂ ਦੇ ਵਿੱਚ ਵੀ ਗੰਦੇ ਧੂੰਏ ਨਿਕਲਦੇ ਨੇ, ਉਹਦੇ ਕਰਕੇ ਪੂਰਾ ਇਨਵਾਇਰਮੈਂਟ ਖਰਾਬ ਹੋ ਚੁੱਕਿਆ। ਅਸੀਂ ਕੋਸ਼ਿਸ਼ ਕਰਦੇ ਹਾਂ, ਇੱਕ ਸ਼ੁਰੂਆਤ ਕਰ ਰਹੇ ਹਾਂ, ਉਸ ਤੋਂ ਬਾਅਦ ਦੇਖਦੇ ਹਾਂ ਕੀ ਹੋਊਗਾ ਕੀ ਨਹੀਂ। ਇਹ ਸੁਨੇਹਾ ਘਰ ਘਰ ਲੈ ਕੇ ਜਾਣਾ ਚਾਹੁੰਦੇ ਹਾਂ ਪੂਰੇ ਇੰਡੀਆ ਦੇ ਜੀ। ਅੱਛਾ ਦੇਸ਼ ਰਾਜ, ਅੱਜ ਤੁਸੀਂ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਹੈਗੇ ਹੋ, ਤਾਂ ਅੱਗੇ ਤੁਹਾਡਾ ਕੀ ਰੂਟ ਰਹੂਗਾ, ਕਿੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਪਹਿਲਾਂ? ਰੂਟ ਬਸ ਇੱਥੋਂ ਚੱਲੇ ਆ, ਅੱਜ ਪੰਜਾਬ ਕਵਰ ਕਰਨਾ। ਦੇਸ਼ ਰਾਜ, ਕੀ ਰੂਟ ਰਹੂਗਾ ਫਿਰ ਤੁਹਾਡਾ? ਰੂਟ ਰਹੂਗਾ ਜੀ, ਇੱਥੋਂ ਨਿਕਲਦੇ ਆ ਆਪਣਾ, ਤੇ ਇਸ ਤੋਂ ਬਾਅਦ ਤਲਵੰਡੀ ਸਾਬੋ ਦਮਦਮਾ ਸਾਹਿਬ ਆ ਜਿਹੜਾ, ਤੇ ਰੁਕ ਕੇ ਨਸਤਵਕ ਹੋ ਕੇ ਤਾਂ ਅੱਗੇ ਸਫ਼ਰ ਸ਼ੁਰੂ ਕਰ ਰਹੇ ਜੀ। ਜੀ, ਤਾਂ ਉੱਥੋਂ ਸਦੂਗੜ੍ਹ ਡਿੰਗ ਮੰਡੀ ਔਰ ਫਤਿਹਾਬਾਦ ਵਿੱਚ ਵੱਡਾ ਰੋਡ ਚੜ੍ਹ ਜਾਂਗੇ ਜੀ। ਠੀਕ ਹੈ, ਔਰ ਦਿੱਲੀ ਨੂੰ ਜਾਓਗੇ ਪਹਿਲਾਂ? ਹਾਂ, ਦਿੱਲੀ ਨੂੰ। ਤਾਂ ਉਸ ਤੋਂ ਅੱਗੇ ਜਿਹੜਾ ਤੋਂ ਫਿਰ ਅੱਗੇ ਯੂਪੀ ਹੋ ਗਿਆ ਜੀ। ਅੱਛਾ, ਯੂਪੀ ਤੋਂ ਬਿਹਾਰ। ਅੱਛਾ, ਤਾਂ ਪਹਿਲਾਂ ਨੌਰਥ ਈਸਟ ਜਾਣ ਦਾ ਵਿਚਾਰ ਹੈ ਤੁਹਾਡਾ? ਹਾਂ ਜੀ। ਠੀਕ ਹੈ, ਤੇ ਬਿਹਾਰ ਤੋਂ ਨੇਪਾਲ ਜੀ, ਤੇ ਨੇਪਾਲ ਤੋਂ ਫਿਰ ਆਪਣਾ ਪੱਛਮੀ ਬੰਗਾਲ, ਤੇ ਉਦੋਂ ਬਾਅਦ ਸਿਲੀਗੁੜੀ, ਕੰਚਨ ਜੰਗਾ, ਗੈਂਗਟੋਕ, ਤੇ ਉਦੋਂ ਬਾਅਦ ਫਿਰ ਅੱਗੇ ਦੀ ਅੱਗੇ ਜੀ। ਅੱਛਾ, ਤਾਂ ਇਹ ਟੋਟਲ ਕਿੰਨੇ ਦਿਨਾਂ ਦਾ ਤੁਹਾਡਾ? ਘੱਟ ਤੋਂ ਘੱਟ 6 ਮਹੀਨਿਆਂ ਦਾ ਪ੍ਰੋਗਰਾਮ ਤਾਂ ਮੈਂ ਸੋਚੀ ਬੈਠਾ, 6 ਮਹੀਨੇ ਤਾਂ ਲੱਗ ਜਾਣਾ। 6 ਮਹੀਨਿਆਂ ਦਾ? ਔਰ ਤੁਹਾਡੀ ਉਮਰ ਕਿੰਨੀ ਹੈਗੀ ਇਸ ਵੇਲੇ? ਉਮਰ ਮੇਰੀ ਹੈਗੀ 60 ਦੇ ਨੇੜੇ ਤੇੜੇ। ਤਾਂ ਮਤਲਬ ਇਹ ਵੀ ਹੌਸਲੇ ਬੁਲੰਦ ਹੋਣੇ ਚਾਹੀਦੇ ਆ, ਉਮਰਾਂ ਦਾ ਸਿਰਫ ਕੱਲੇ ਅੰਕੜੇ ਰਹਿ ਹੁੰਦੀਆਂ ਨੇ। ਬਿਲਕੁਲ ਬਿਲਕੁਲ ਜੀ। ਤੇ ਔਰ ਕੀ ਕੰਮ ਕੀ ਕਰਦੇ ਤੁਸੀਂ? ਬਸ ਜੀ, ਹੁਣ ਤਾਂ ਫ੍ਰੀ ਆ, ਪਹਿਲਾਂ ਕਰ ਲਿਆ। ਪਹਿਲਾਂ ਕੀ ਕਰਦੇ ਸੀਗੇ? ਪਹਿਲਾਂ ਕਿਸੇ ਕੰਪਨੀ ਦੇ ਵਿੱਚ ਕੰਮ ਕੀਤਾ ਜੀ। ਓਕੇ, ਲੈਂਡਸਕੇਪ ਦਾ ਹੀ ਕੰਮ। ਲੈਂਡਸਕੇਪਿੰਗ ਦਾ ਕੰਮ ਸੀਗਾ। ਓਕੇ, ਤਾਂ ਨਾਲ ਜਿਹੜਾ ਹੈਗਾ ਤੁਸੀਂ ਕੀ ਸਮਾਨ ਲੈ ਕੇ ਚੱਲੇ ਹੈਗੇ ਹੋ? ਸਮਾਨ ਹੈਗੇ ਜੀ, ਪਹਿਲੀ ਗੱਲ ਤਾਂ ਕਿਤਾਬਾਂ ਹੈਗੀਆਂ। ਕਿਤਾਬਾਂ ਸੈੱਟ ਹੈ ਕਿਤਾਬਾਂ ਦਾ ਪੂਰਾ ਜੀ। ਉਦੋਂ ਬਾਅਦ ਟੈਂਟ ਹੈ। ਹਾਂ, ਉਦੋਂ ਬਾਅਦ ਇਹ ਥੱਲੇ ਮੈਟ ਹੈ। ਤਾਂ ਉਦੋਂ ਬਾਅਦ ਸਲੀਪਿੰਗ ਬੈਗ ਇਹਦੇ ਵਿੱਚ। ਸਲੀਪਿੰਗ ਬੈਗ, ਅਸਟਰਾ ਇੱਕ ਕੰਬਲ ਹੋਰ ਵੀ ਹੈ ਜੀ। ਓਕੇ, ਸੋ ਕਈ ਵਾਰੀ ਕੋਈ ਕਿਸੇ ਨੂੰ ਦੇਣਾ ਪੈ ਜਾਂਦਾ ਜਾਂ ਕਿਸੇ ਨੂੰ ਲੈਣਾ ਪੈ ਜਾਂਦਾ, ਤਾਂ ਇਹ ਰਾਤ ਨੂੰ ਕਈ ਵਾਰੀ ਕੋਈ ਪ੍ਰੋਗਰਾਮ ਬਣੇ ਰਿਫਲੈਕਟਰ ਵਾਲੀ ਪੈਂਟਿੰਗ ਵਾਲੀ ਸ਼ਰਟ ਹੈਗੀ ਹੈ ਜੀ। ਜੀ, ਇੱਧਰ ਪੰਪ ਹੈਗਾ ਜੀ, ਕਿੱਟ ਹੈਗੀ ਹੈ ਪੂਰੀ, ਪੈਂਚਰ ਹੋ ਜਾਏ ਜਾਂ ਕੋਈ ਹੋਰ ਦਿੱਕਤ ਆ ਜਾਏ। ਓਕੇ, ਤਾਂ ਸਾਰਾ ਕੁਝ ਪੂਰਾ ਸਮਾਨ ਹੈ ਟੋਟਲ, ਕੋਈ ਝਾਕਣਾ ਨਹੀਂ ਜੀ ਕਿਸੇ। ਅੱਛਾ, ਤਾਂ ਇਹਦੀ ਮੋਟੀਵੇਸ਼ਨ ਕਿੱਥੋਂ ਮਿਲੀ ਤੁਹਾਨੂੰ? ਮੋਟੀਵੇਸ਼ਨ ਮਿਲੀ ਜੀ ਮੈਨੂੰ ਬਸ ਥੋੜਾ ਬਹੁਤਾ ਕਿਤਾਬਾਂ ਚੋਂ ਮਿਲਿਆ, ਵੀ ਕਿਤਾਬਾਂ ਸਾਨੂੰ ਬਹੁਤ ਕੁਛ ਦਿੰਦੀਆਂ। ਕਿਤਾਬਾਂ ਚ ਅਸਲ ਵਿੱਚ ਅਸਲੀ ਖਜ਼ਾਨੇ ਕਿਤਾਬਾਂ ਹੈਗੀਆਂ। ਕਿਤਾਬਾਂ ਜਿਹੜਾ ਇਨਸਾਨ ਕਿਤਾਬਾਂ ਨਾਲ ਜੁੜ ਗਿਆ, ਉਹਦੇ ਆਪਦੇ ਆਪ ਸਾਰੇ ਖਜ਼ਾਨੇ ਖੁੱਲ ਜਾਂਦੇ ਨੇ। ਔਰ ਤੁਸੀਂ ਸੋਚਿਆ ਵੀ ਤੁਸੀਂ ਜਿਹੜਾ ਜਰਨੀ ਕਰੋਗੇ ਵੀ ਉਹਨੂੰ ਵੀ ਕਿਤਾਬ ਦਾ ਰੂਪ ਦਿਓ? ਹਾਂ, ਤਮੰਨਾ ਹੈ ਜੀ ਮੇਰੀ। ਓਕੇ, ਹਾਂ ਠੀਕ ਹੈ। ਤਾਂ ਦੋਸਤੋ, ਪੂਰੀ ਤਿਆਰੀ ਦੇ ਵਿੱਚ ਨੇ ਦੇਸ਼ ਰਾਜ ਸਾਗਰ ਜੀ, ਔਰ ਤੁਸੀਂ ਦੇਖ ਰਹੇ ਹੋ ਸੇਵ ਇਨਵਾਇਰਮੈਂਟ ਸੇਵ ਲਾਈਫ ਆਲ ਇੰਡੀਆ ਰਾਈਡ, ਤੇ ਪੂਰੇ ਇੰਡੀਆ ਦੇ ਭਰਮਣ ਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਤੋਂ ਸਾਡੇ ਸਾਥੀ ਜਿਹੜੇ ਹੈਗੇ ਨੇ ਚੱਲੇ ਨੇ ਦੇਸ਼ ਰਾਜ ਜੀ। ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਉਮਰ ਇਹਨਾਂ ਦੀ 60 ਦੇ ਕਰੀਬ ਹੈਗੀ ਹੈ, ਤਾਂ ਉਮਰ ਜਿਹੜੀ ਹੈਗੀ ਉਹ ਸਿਰਫ ਅੰਕੜੇ ਹੁੰਦੇ ਆ। ਅਗਰ ਤੁਹਾਡੇ ਵਿੱਚ ਕੁਛ ਕਰਨ ਦੇ ਜਜ਼ਬੇ ਹੈਗੇ ਆ, ਤਾਂ ਤੁਸੀਂ ਜਿਹੜਾ ਹੈਗਾ ਕੁਛ ਵੀ ਕਰ ਸਕਦੇ ਹੋ, ਉਮਰ ਦਾ ਕੋਈ ਫਰਕ ਨਹੀਂ ਪੈਂਦਾ। ਤਾਂ ਸਾਡੇ ਸਾਥੀ ਕੁਛ ਹੋਰ ਆ ਰਹੇ ਨੇ, ਅਸੀਂ ਇਹਨਾਂ ਨੂੰ ਇੱਥੋਂ ਵਿਦਾ ਕਰਾਂਗੇ ਲੰਬੇ ਸਫ਼ਰ ਦੇ ਲਈ, ਕਿਉਂਕਿ ਲੰਬੇ ਸਫ਼ਰ ਦੇ ਪਾਬੰਦੀ ਹੈਗੇ ਨੇ।
निश्चिंत होके मतलब जिस तरीके गल बात करते पता लग्या भी इन्होंने अचानक ही प्रोग्राम बना लिया कोई बहुत ज्यादा इन्होंने प्री प्लान नहीं किया एफर्ट की यूनीकनेस है पूरी साइकलिंग कम्युनिटी ਵੱਲੋਂ ਇਹਨਾਂ ਨੂੰ ਸ਼ੁਭੇਚਾਵਾਂ ਦਿੰਦਾ ਬਠਿੰਡੇ ਦੀ ਲੇਕਿਨ ਉਹਦੇ ਨਾਲ ਨਾਲ ਅਸੀਂ ਆਲ ਇੰਡੀਆ ਦੀ ਜਿਹੜੀ ਸਾਈਕਲਿੰਗ ਕਮਿਊਨਿਟੀ ਆ ਉਹਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਜਿੱਥੇ ਵੀ ਦੇਸ਼ਰਾਜ ਜੀ ਆਉਣ ਉਹਨਾਂ ਨੂੰ ਦਿਲੋਂ ਉਹਨਾਂ ਦਾ ਵੈਲਕਮ ਕਰਕੇ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ ਸਾਡੀਆਂ ਸ਼ੁਭੇਚਾਵਾਂ ਸਾਡੇ ਵੀਰ ਦੇ ਨਾਲ ਹਮੇਸ਼ਾ ਹੈਗੀਆਂ ਕਿ ਅਸੀਂ ਉਹਨਾਂ ਨੂੰ ਇਹਨਾਂ ਦੀ ਜਿਹੜੀ ਆਲ ਇੰਡੀਆ ਦੀ ਜਿਹੜੀ ਰਾਈਡ ਕਰ ਰਹੇ ਆ ਯਾਤਰਾ ਕਰ ਰਹੇ ਉਹਦੇ ਵਾਸਤੇ ਆਲ ਦਾ ਬੈਸਟ ਕਹਿੰਦੇ ਹਾਂ ਜੀ ਹਾਂਜੀ ਕ੍ਰਿਸ਼ਨ ਜੀ मैं ऑल इंडिया साइकिलिस्ट वालों देशराज जी ऑल द बेस्ट कहना और हर थां ते जिथे भी ये जान वैसे तो राइडर बड़े हैगे है थोड़ा मतलब बाकी जिथे भी सू जरूरत है असी थोड़े नाल हर टाइम बहुत बैटरी करे जाएगी जी साइकिलिस्ट वालों सारे धन्यवाद इन्होंने बहुत बहुत धन्यवाद इन्होंने बहुत वाला उपराला किया ਸਾਈਕਲ ਚਲਾਉਣ ਦਾ ਲੰਬੇ ਟੂਰ ਖਿੱਚਣ ਦਾ ਅਤੇ ਪਰਮਾਤਮਾ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀਆਂ ਵਾਸਤੇ ਕਹਿੰਦੇ ਨਾ ਜਦੋਂ ਕੋਈ ਇਹੋ ਜਿਹਾ ਸਾਥੀ ਮਿਲਦਾ ਜਿਹਨੇ ਕੁਛ ਨਵਾਂ ਉਪਰਾਲਾ ਕਰਿਆ ਹੋਵੇ ਤਾਂ ਬਹੁਤ ਵਧੀਆ ਲੱਗਦਾ ਭਾਅ ਜੀ ਮਿਲੇ ਅੱਜ ਇਹ ਆਲ ਇੰਡੀਆ ਸਾਈਕਲਿਸਟ ਆਲ ਇੰਡੀਆ ਦਾ ਟੂਰ ਸਾਈਕਲ 'ਤੇ ਕੱਢਣ ਜਾ ਰਹੇ ਨੇ ਅਤੇ ਸਭ ਤੋਂ ਯੂਨੀਕਨੈਸ ਜਿਹੜੀ ਗੱਲ ਸਭ ਤੋਂ ਵਧੀਆ ਲੱਗੀ ਕਿ ਇਹਨਾਂ ਨੇ ਸਿਰਫ 6 ਮਹੀਨੇ ਸਾਈਕਲ ਚਲਾਇਆ ਅਤੇ ਐਡਾ ਵੱਡਾ ਉਪਰਾਲਾ ਨੱਚ ਲਿਆ ਅਤੇ ਮੈਂ ਇਹਨਾਂ ਨੂੰ ਬਹੁਤ ਦਿਲੋਂ ਧੰਨਵਾਦ ਕਹਿਣਾ ਕਿ ਸਾਡੇ ਅੱਗੇ ਨੌਜਵਾਨ ਬੰਦਿਆਂ ਨੂੰ ਤੁਸੀਂ ਅੱਗੇ ਆਉਣ ਦਾ ਮੌਕਾ ਦਿਓ ਕਿ ਜਿਹੜੀ ਆ ਤੁਹਾਡੀ ਯਾਤਰਾ ਪੂਰੀ ਸਫਲ ਹੋਵੇ ਅਤੇ ਸਭ ਤੋਂ ਉਹ ਤੋਂ ਵੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਜਿਵੇਂ ਸਾਡੇ ਖਾਰਾ ਸਾਹਿਬ 62 ਸਾਲਾਂ ਦੇ 61 ਸਾਲਾਂ ਦੇ ਸੀਗੇ ਸਰ ਵੀ ਰਿਟਾਇਰ ਹੋ ਚੁੱਕੇ ਨੇ 60 ਪਲੱਸ ਦੇ ਨੇ ਅਤੇ ਜਦੋਂ ਇਹੋ ਜਿਹੇ ਨੌਜਵਾਨ ਇਹੋ ਜਿਹਾ ਕਦਮ ਚੱਕਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਅਤੇ ਆਲ ਦਾ ਬੈਸਟ ਭਾਈ ਤੁਹਾਨੂੰ ਅਤੇ ਪਰਮਾਤਮਾ ਕਰੇ ਤੁਹਾਡੀ ਸਫ਼ਰ ਯਾਤਰਾ ਜਮਾਂ ਸਫਲ ਹੋਵੇ ਸਾਥੀਆਂ ਨਾਲ ਬੀਤ ਜੇ ਉਹ ਵਧੀਆ ਹੁੰਦਾ ਜੀ ਬਾਕੀ ਤਾਂ ਕਈ ਸਮਾਂ ਤਾਂ ਜਾਨਵਰਾਂ ਰਗਾਈ ਹੈ ਮਾਰੋ ਪੈਡਲ